ਨਰਵਸਨੈਸ ਗਾਇਸ ਇਹ ਬੰਦਾ ਬਹੁਤ ਐਕਸਾਈਟਡ ਹੈ ਮੇਰੀ ਸਪੀਚ ਲਈ ਔਰ ਵਧੀਆ ਸ਼ੂਟ ਕਰੀ ਚੰਗਾ ਪਰਫੈਕਟ ਹੋ ਚੱਲਦਾ ਗਾਇਸ ਤੁਸੀਂ ਦੱਸ ਸਕਦੇ ਹੋ ਮੇਰਾ ਸੈਸ਼ਨ ਕਿਵੇਂ ਦੇ ਰਿਹਾ ਮੈਂ ਸੁਣਿਆ ਤੂੰ ਫੋਨ ਲੈ ਕੇ ਦੇਣ ਲੱਗਾ ਹੈ ਮੈਂ ਸੁਣਿਆ ਤੂੰ ਫੋਨ ਲੈ ਕੇ ਦੇਣ ਲੱਗਾ ਮੈਨੂੰ ਹਾਂ ਬਾਈ ਮੇਰੇ ਬੜੇ ਵਲੌਗ ਚੜੀ ਜਾਂਦੇ ਆ ਨਾ ਜਿਹੜੇ ਮੈਨੂੰ ਫੋਨ ਲੈ ਕੇ ਦਵਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਸਾਰਿਆਂ ਦੇ ਹੋਪਸ ਹੋ ਤੁਸੀਂ ਆਪਣੇ ਘਰ ਪਰਿਵਾਰ ਨਾਲ ਬਹੁਤ ਵਧੀਆ ਹੋਵੋਗੇ ਤੇ ਅੱਜ ਬਹੁਤ ਟਾਈਮ ਬਾਅਦ ਮੈਂ ਸਿਟੀ ਯੂਨੀਵਰਸਿਟੀ ਦਾ ਵਲੌਗ ਲੈ ਕੇ ਆ ਰਿਹਾ ਹਾਂ ਤੇ ਇਹ ਕਿਹਦਾ ਕਾਰਨ ਮੈਂ ਤੁਹਾਨੂੰ ਲਾਸਟ ਦੱਸੂਗਾ ਤੇ ਇਹ ਬਹੁਤ ਜ਼ਿਆਦਾ ਵਲੌਗ ਵਧੀਆ ਹੋਣ ਵਾਲਾ ਤੁਸੀਂ ਲਾਸਟ ਤੱਕ ਜ਼ਰੂਰ ਦੇਖਿਓ ਅੱਜ ਮੇਰੇ ਨਾਲ ਮੇਰਾ ਯਾਰ ਦੋਸਤ ਸਾਥ ਦੇਊਗਾ ਯੂਵੀ ਤੇ ਚਲੋ ਕੋਈ ਨਹੀਂ ਫਿਰ ਆਜੋ ਯੂਨੀਵਰਸਿਟੀ ਚੱਲਦੇ ਹਾਂ ਮੌਸਮ ਦੇਖੋ ਗਾਇਸ ਕਿੰਨਾ ਘੈਂਟ ਆ ਚੱਲ ਤੂੰ ਤੈਨੂੰ ਗੱਡਾ ਦਵਾਂ ਮੈਂ ਇੱਥੇ ਹੋਰ ਕੋਈ ਗੱਲ ਨੀ ਆਉਂਦੇ ਡਰਾਈਵ ਕਰ ਲਈ ਚੱਲ ਤੂੰ ਬੇਸ ਤਾਂ ਦੱਸ ਗੱਡੀ ਤੇ ਕਿਵੇਂ ਆ ਫਿਰ ਮੈਂ ਸੁਣਿਆ ਤੂੰ ਫੋਨ ਲੈ ਕੇ ਦੇਣ ਲੱਗਾ ਮੈਨੂੰ ਹਾਂ ਬਾਈ ਮੇਰੇ ਬੜੇ ਵਲੌਗ ਚੜੀ ਜਾਂਦੇ ਆ ਨਾ ਜਿਹੜੇ ਮੈਂ ਫੋਨ ਲੈ ਕੇ ਦਵਾਂ ਐ ਚੰਗਾ ਐ ਤੂੰ ਨਾਲਾ ਤਾਂ ਕਰਕੇ ਹਨਾ ਉਹ ਤੈਨੂੰ ਪਤਾ ਦਾ ਫਿਰ ਨਹੀਂ ਨਹੀਂ ਆਫਿਸ ਮੌਸਮ ਵੀ ਅੱਜ ਬਹੁਤ ਸੋਹਣਾ ਸੀਗਾ ਚੱਲ ਚੱਲ ਗਏ ਆਈਡੀ ਕਾਰਡ ਹੈਗਾ ਹਾਂ ਲੈ ਆਈਡੀ ਤੋਂ ਬਗੈਰ ਕਿੱਥੇ ਐਂਟਰੀ ਮਿਲ ਜੂਗੀ ਆਪਾਂ ਨੂੰ ਗਾਇਸ ਜਿਨ੍ਹਾਂ ਨੇ ਵੀ ਐਡਮਿਸ਼ਨ ਲੈਣੀ ਹੈ ਸਿਟੀ ਯੂਨੀਵਰਸਿਟੀ 'ਚ ਉਹਨਾਂ ਦੇ ਲਈ ਆਈਡੀ ਕਾਰਡ ਬਹੁਤ ਜ਼ਰੂਰੀ ਹੈ ਕਦੇ ਵੀ ਆਪਦਾ ਆਈਡੀ ਕਾਰਡ ਕਦੇ ਨਾ ਭੁੱਲ ਕੇ ਆਇਓ ਘਰੇ ਇਹੀ ਗੱਲ ਇਹਨਾਂ ਦੀ ਇਹੀ ਨਹੀਂ ਕਿ ਬਸ ਸਟਿਕਨੈਸ ਹੋਰ ਕੁਛ ਨਹੀਂ ਗਾ ਇੰਜੋਇਮੈਂਟ ਦਾ ਪੂਰਾ ਇੱਥੇ ਵੈਸੇ ਵੈਸੇ ਯੂਨੀਵਰਸਿਟੀ ਦਾ ਵਲੌਗ ਮੈਂ ਦੁਬਾਰਾ ਬਣਾਉਣ ਲੱਗਾ ਹੁਣ ਮੈਂ ਤੁਹਾਨੂੰ ਪਹਿਲਾਂ ਮੈਂ ਲਾਸਟ 'ਚ ਦੱਸਣਾ ਸੀਗਾ ਹੁਣ ਮੈਂ ਤੁਹਾਨੂੰ ਤਾਂ ਦੱਸਣ ਲੱਗਾ ਵਾਂ ਕਿਉਂਕਿ ਮੈਨੂੰ ਬਹੁਤ ਸਾਰੇ ਮਤਲਬ ਸਟੂਡੈਂਟਸ ਦੇ ਮੇਰੇ ਯਾਰਾਂ ਦੋਸਤਾਂ ਦੇ ਟੀਚਰਸ ਤੱਕ ਨੇ ਵੀ ਮੈਨੂੰ ਕਹਿ ਦਿੱਤਾ ਸੀਗਾ ਕਹਿੰਦੇ ਜਿਹੜੀ ਵੀ ਗੱਲ ਹੋਈ ਸੀਗੀ ਰਹਿਣ ਦਿਓ ਉਹਨੂੰ ਜਿਹੜੀ ਚਲੀ ਗਈ ਉਹ ਚਲੀ ਗਈ ਕਿਉਂਕਿ ਟੀਚਰ ਤੱਕ ਵੀ ਹਟ ਚੁੱਕਾ ਵਾ ਹੁਣ ਅਤੇ ਬਾਕੀ ਕੋਈ ਗੱਲ ਨਹੀਂ ਉਹ ਕਹਿੰਦੇ ਸੀਗੇ ਕਹਿੰਦੇ ਕੋਈ ਚੱਕਰ ਨਹੀਂ ਗਾ ਤੂੰ ਬਣਾਇਆ ਕਰ ਵਲੌਗ ਏਡੀ ਕੋਈ ਗੱਲ ਨਹੀਂ ਹੈਗੀ ਗੀ ਤਾਂ ਕਰਕੇ ਇੱਕ ਵਾਰੀ ਹੁਣ ਫਾਊਂਡੇਸ਼ਨ ਕਲਾਸਾਂ ਤਾਂ ਆਪਾਂ ਵਲੌਗ ਬਣਾ ਰਹੇ ਹਾਂ ਦਿਖਾਉਣੇ ਆ ਹੁਣ ਅੱਗੇ ਟੈਨਿਸ ਐਲਬੋ ਦਾ ਮਤਲਬ ਕਿਆ ਹੁੰਦਾ ਟੈਨਿਸ ਐਲਬੋ ਕਰਕੇ ਇੱਕ ਬਿਮਾਰੀ ਹੁੰਦੀ ਹੈ ਯੇ ਐਲਬੋ ਜੋ ਹੁੰਦਾ ਨਾ ਖਿਸਕ ਜਾਤਾ ਹੈ ਯੇ ਔਰ ਫਿਰ ਯਹਾਂ ਪੇ ਨਾ ਇੱਕ ਮਸ਼ੀਨ ਲਗਾਨੀ ਪੜਤੀ ਹੈ ਮਸ਼ੀਨ ਇੱਕ ਛੋਟਾ ਜਿਹਾ ਸੀ ਉਹ ਕਮਰ ਬਾਂਧਨੇ ਕੇ ਆਤਾ ਹੈ ਵੈਸੇ ਮੈਡੀਕਲੀ ਬਾਂਧਨਾ ਪੜਤਾ ਹੈ ਜਿਸ ਸੇ ਆਪਕਾ ਹਾਥ ਚਲਤਾ ਹੈ ਔਰ ਟੈਨਿਸ ਐਲਬੋ ਮੈਂ ਆਪ ਬਿਲੀਵ ਨਹੀਂ ਕਰੋਗੇ ਆਪ ਪੈਨ ਨਹੀਂ ਉਠਾ ਸਕਤੇ ਪੈਨ ਜੋ ਹੈ ਨਾ ਉਸਕੋ ਉਠਾਨੇ ਮੇਂ ਦਰਦ ਹੁੰਦਾ ਹੈ ਉਹ ਟੈਨਿਸ ਐਲਬੋ ਹੁੰਦਾ ਹੈ ਬਹੁਤ ਸੀਰੀਅਸ ਪ੍ਰੋਬਲਮ ਹੈ ਉਹ 2002 ਮੈਂ ਸਚਿਨ ਕੋ ਟੈਨਿਸ ਐਲਬੋ ਹੁਆ ਥਾ ਹਾਂਜੀ ਹੁਣ ਸਰ ਦੇ ਸੈਸ਼ਨ ਤੋਂ ਬਾਅਦ ਹੁਣ ਮੇਰਾ ਸੈਸ਼ਨ ਆ ਬਸ ਥੋੜ੍ਹੇ ਟਾਈਮ ਨੂੰ ਸ਼ੁਰੂ ਹੋਣ ਵਾਲਾ ਵਾ ਅਤੇ ਇੱਥੇ ਇਹ ਸਾਡੀਆਂ ਫਾਊਂਡੇਸ਼ਨ ਕਲਾਸਿਸ ਆ ਮਤਲਬ ਹੈਪੀਨੈਸ ਲੈਬ ਕਹਿੰਦੇ ਆ ਇਹਨੂੰ ਸੋ ਸੈਸ਼ਨ ਹੁਣ ਦੇਖਦੇ ਹਾਂ ਕਿਵੇਂ ਜਾਂਦਾ ਵਾ ਤੁਸੀਂ ਇੱਕ ਵਾਰ ਜ਼ਰੂਰ ਦੇਖਿਓ ਬ੍ਰਦਰ ਸੈਸ਼ਨ ਸ਼ੂਟ ਕਰ ਲਈ ਬਾਈ ਬਣ ਕੇ ਤੇਰੇ 'ਤੇ ਆ ਸਭ ਕੁਛ ਜੇ ਕੋਈ ਗਲਤੀ ਹੋਈ ਇਹਨੂੰ ਕਮੈਂਟਾਂ 'ਚ ਗੱਲ ਕਰਦੀਆਂ ਮੇਰਾ ਕੁਛ ਨਹੀਂ ਗਾ ਗਲਤੀ ਨਹੀਂ ਹੁੰਦੀ ਕੋਈ ਚਲੋ ਕੋਈ ਨਹੀਂ ਦੇਖਦੇ ਹਾਂ ਬ੍ਰੋ ਚਲੋ ਲੈਟਸ ਸੀ ਕਿ ਕਦੋਂ ਆਉਂਦੇ ਆ ਬੱਚੇ ਹੁਣ ਦੇਖਦੇ ਹਾਂ ਇਹ ਬੰਦਾ ਬਹੁਤ ਐਕਸਾਈਟਡ ਹੈ ਮੇਰੀ ਸਪੀਚ ਲਈ ਅਤੇ ਬੱਚੇ ਆ ਰਹੇ ਆ ਕੋਈ ਗੱਲ ਨਹੀਂ ਹੁਣ ਦੇਖਦੇ ਹਾਂ ਕੀ ਬਣਦਾ ਵਾ ਦੇਖਦੇ ਹਾਂ ਉਹ ਵੀ ਵਲੌਗ ਵਧੀਆ ਸ਼ੂਟ ਕਰੀ ਚੰਗਾ ਪਰਫੈਕਟ ਚੱਲ ਲੈਟਸ ਸੀ ਮੋਟੀਵੇਸ਼ਨਲ ਥਾ ਨਾ ਬਹੁਤ ਜ਼ਿਆਦਾ ਔਰ ਜ਼ਿਆਦਾਤਰ ਅਲੱਗ ਬਾਤ ਕਿਆ ਥੀ ਕਿ ਆਈ ਹੈਵ ਆਲਸੋ ਵਰਕਡ ਵਿਦ ਮੈਨੀ ਡੈਜ਼ਿਗਨੇਟਿਡ ਪਰਸਨੈਲਿਟੀਜ਼ ਹਰ ਇੱਕ ਕੀ ਪਰਸਨੈਲਿਟੀ ਐਸੀ ਨਹੀਂ ਹੁੰਦੀ ਕਿ ਵਨ ਟੂ ਵਨ ਇੰਟਰੈਕਸ਼ਨ ਕਰ ਸਕੇ ਬੱਚੋ ਕੇ ਸਾਥ ਇੱਕ ਬੌਂਡ ਬਣਾ ਸਕੇ ਠੀਕ ਹੈ ਫਸਟ ਚੀਜ਼ ਤੋ ਤੁਸੀਂ ਪੰਜਾਬੀ ਬੋਲ ਰਹੇ ਹੋ ਹਿੰਦੀ ਬੋਲ ਰਹੇ ਹੋ ਮਿਕਸ ਕਰਕੇ ਬੋਲ ਡਜ਼ਨਟ ਮੈਟਰ ਬਟ ਕਿਆ ਮੈਟਰ ਕਰਤਾ ਹੈ ਯਹਾਂ ਆ ਕੇ ਖੜੇ ਹੋ ਕੇ ਅੱਛੇ ਸੇ ਬੋਲਣਾ
मैटर ये करता ना, ठीक है। तो आप लोगों ने जो बच्चे नहीं बोल पा रहे बिल्कुल, इनिशिएटिव लेना है कि मैं हमेशा उस कुर्सी पर नहीं मैंने बैठना, मैंने यहाँ आके खड़े होना कि मेरे को लोग सुने, ये डिजायर रखनी दिन में अपने। तो अभी बलकरण ही थिंक दैट ही कैन मोटिवेट यू, नो डाउट ही इज ए ब्लॉगर, ही हैज मेड मैनी ब्लॉग्स ऑफ यूनिवर्सिटी एंड अपार्ट फ्रॉम हिज पर्सनल लाइफ ही हैज डन मैनी थिंग्स ही विल टेल यू। So, but he has taken the initiative to meet you people and he will try to motivate you. So, once again, clap for Balakaran's initiative. Bye, bhi aayegi Binu. So, bahut time baad main aaj matlab speech dobara dene laga hoon. वैसे इतों कुर्सी तो उठ के इतों तक आने का सफर है पांच कदम का। पांच कदम के विच कौन कौन कितना कटदा ये सिर्फ इतने खड़ा बंदा जानता जाम कॉन्फिडेंस है सारे को रेज योर हैंड राइट नाउ एवरीबॉडी हू हैव सेल्फ कॉन्फिडेंस। आज ने अपने चार टॉपिक हैं सेल्फ कॉन्फिडेंस थिंक एंड ग्रो कम्युनिकेशन स्किल्स एंड चौथा जिला है मेरा पर्सनल लाइफ टिप्स। जिधर सेल्फ कॉन्फिडेंस है सेल्फ कॉन्फिडेंस की प्रॉब्लम मेरे भी बहुत सी जब मैं प्लस वन प्लस टू देख सका बहुत ज्यादा मतलब इंट्रोवर्ट पर्सन सीगा जो बोलता नहीं गा एक किसी ने गल नहीं करता गा एक किसी के नाल भौलता मिलता नहीं गा ते हुण उत्थों मतलब कि एक चीज सीखी मैं कि आप हर एक नाल कंपेयर कर लें कौन कौन बच्चा कंपेयर करता मैं बहुत कंपेयर करता अपने आप पर्सनैलिटीज लैके थिंक न लैके होर भी बहुत ज्यादा रॉयल्टी लॉयल्टी सारिया चीजा लैके मैं कंपेयर करता हर एक बंदे बट उन्होंने चीजा तो उत्ते उठना किवें हुंदा वा। आपां जे दुनिया तो वखरा होके सोचांगे तां ही अपनी अगे दुनिया वधनी है। पहली गल नैवर कंपेयर विद अदरस मैं बहुत कंपेयर करता जिन्हें तक मैंने यही गल नहीं पता लगी सी कि सोना ते लोहा दो चीजा होंगे दोनों के आप जो मार्केट के जाके बेचा सोने का मुल बढ़ता लोहे को कोई नहीं पुछता लोहा हाथ च भी पाया होंगे कई क्यों लोहा जोड़ा हों लोहे भी बहुत कीमत आ सोने आप रखते हैं हर एक दर गोल्ड होना गोदरेज अलमारियां होनी एक चीज हमेशा चेते रखो कि सोने की रखवाली हमेशा लोहा करता वा कदे भी अपने आप को कंपेयर नहीं करना गा आप किसी भी कि जदों आपां हुण सूरज ते चन्न दोनों वक्रे वक्रे पर अपनी अपनी थां ते शाइन करते हैं हर एक चीज आ सैल्फ टॉक कौन कौन करता अपने अंदर मतलब अपने दिल दे च कौन कौन सैल्फ टॉक करता दैट्स वाह शीशे मुड़ी घट के दैट्स ग्रेट एनीवन कवरेज कर ले ओके अपने आप में बात That's great. कोई और पता नहीं है जिन्हें पता कि हाँ सेल्फ टॉक किवें करदी है अपने मन च गल्लां करनी अपने आप हाँ ये भी बढ़िया गल है होर कोई भी काम करदे भाई अपने नाल ही गल करदा ये चीजां जिहड़ियां हैगियां वा बहुत ज्यादा अपने अंदर कॉन्फिडेंस पैदा करदियां वा। हम अगला जो है अगर ये तीनों चीजा थोड़े को नहीं फर्क पादिया गया चौथी चीज यही है थिंक एज गॉड कौन कौन रब होंगे सोचता वा कि हाँ मैं रब हाँ मैं सोचता मैं रब हाँ हाँ जी मैडम तुम हाथ खड़ा की तस्वीर तुम की सोचते हो तुम रब हो की सोचते हो जिम दे ज्यादा यूज हुंदा गा पर ए चीज मैं अपनी
ਪਰਸਨਲ ਲੱਗਦੇ ਜ਼ਿਆਦਾ ਯੂਜ਼ ਕਰਦਾ ਜਦੋਂ ਮੈਨੂੰ ਇਮੋਸ਼ਨਲ ਬ੍ਰੇਕਡਾਊਨ ਹੁੰਦਾ ਵਾ। ਉਹ ਚੀਜ਼ ਇਹ ਹੈਗੀ ਹੈ ਕਿ ਨੋ ਪੇਨ ਨੋ ਗੇਨ। ਥਰਡ, ਨੋ ਕਟਸ ਨੋ ਗਲੋਰੀ ਨੋ ਲੈਜੈਂਡਸ ਨੋ ਸਟੋਰੀ। ਜਦੋਂ ਇਹ ਤਿੰਨੋਂ ਕੰਮ ਨਹੀਂ ਆਉਂਦੇ, ਚੌਥਾ ਹੈਗਾ ਡੂ ਔਰ ਡਾਈ। ਇਹ ਸਿਰਫ ਉਹੀ ਬੰਦਾ ਸਮਝ ਸਕਦਾ ਜਿਹਦੇ ਕੋਲ ਮਤਲਬ ਮੈਂਟਲ ਲੈਵਲ ਸਟਰੋਂਗ ਆ। ਹੁਣ ਆਪਾਂ ਮੈਂਟਲ ਲੈਵਲ ਦੀ ਗੱਲ ਕਰਨੀ ਆ। 70 ਸਾਲ ਈਗਲ ਜਾਂਦਾ ਹੁੰਦਾ ਵਾ, 70 ਸਾਲ ਦੇ ਵਿੱਚ ਜਦੋਂ ਉਹਦੀ 70 ਸਾਲ ਉਮਰ ਏਦਾਂ ਨਹੀਂ ਹੁੰਦੀ ਗੀ, ਪਹਿਲਾਂ 40 ਸਾਲ ਦੀ ਉਮਰ 'ਚ ਜਦੋਂ ਜਾਂਦਾ ਵਾ, 40 ਸਾਲ ਦੀ ਉਮਰ ਦੇ 'ਚ ਉਹਦੇ ਕੋਲ ਦੋ ਚੀਜ਼ਾਂ, ਦੋ ਡਿਸੀਜ਼ਨ ਲੈਣੇ ਹੁੰਦੇ ਆ ਉਹਨੂੰ। 40 ਸਾਲ ਦੀ ਉਮਰ ਦੇ ਵਿੱਚ ਉਹਦੇ 5 ਨੌਂ ਟੁੱਟੇ ਜਾਂਦੇ ਆ। ਉਹਦੀ ਮਤਲਬ ਜਿਹੜੀ ਪੀਕ ਹੁੰਦੀ ਆ ਬਹੁਤ ਜ਼ਿਆਦਾ ਮਤਲਬ ਖਰਾਬ ਹੋ ਜਾਂਦੀ ਆ, ਸਟੇਬਲ ਹੋ ਜਾਂਦੀ ਆ, ਮਤਲਬ ਉਹਦੇ ਨਾਲ ਕੁਛ ਵੀ ਤਿੱਖੀ ਨਹੀਂ ਰਹਿੰਦੀ ਗੀ। ਤੀਜੀ ਗੱਲ, ਉਹਦੇ ਜਿਹੜੇ ਖੰਭ ਹੁੰਦੇ ਆ, ਵਿੰਗਸ ਵਗੈਰਾ ਬਹੁਤ ਮੋਟੇ ਹੋਣ ਲੱਗ ਜਾਂਦੇ, ਉੱਡਿਆ ਨਹੀਂ ਜਾਂਦਾ। ਉਹਦੇ ਕੋਲ ਦੋ ਆਪਸ਼ਨ ਹੁੰਦੇ ਆ, ਜਾਂ ਤਾਂ ਮਰ ਜਾ ਜਾਂ ਤਾਂ ਕਰ ਜਾ, ਡੂ ਔਰ ਡਾਈ। ਜਦੋਂ ਉਹ ਕੁਛ ਵੀ ਨਹੀਂ ਕਰਦਾ ਗਾ, ਉਦੋਂ ਉੱਡ ਕੇ ਪਹਾੜੀਆਂ ਦੇ ਵਿੱਚ ਜਾਂਦਾ, ਪੱਥਰਾਂ 'ਚ ਮਾਰ ਮਾਰ ਕੇ ਆਪਦਾ ਸਿਰ ਚੁੰਝ ਤੋੜ ਦਿੰਦਾ, ਜਿੰਨ ਤੱਕ ਨਵੀਂ ਚੁੰਝ ਨਹੀਂ ਆਉਂਦੀ ਗੀ ਉਹਦੀ। ਜੇ ਨਵੀਂ ਪੀਕ ਆਉਂਦੀ ਆ, ਉਹ ਪੀਕ ਦੇ ਨਾਲ ਆਪਣੇ ਕਿਨਾਂ ਦੇ 5 ਪੂਰੇ ਤੋੜ ਲੈਂਦਾ, 9 ਪੂਰੇ ਪੜ ਲੈਂਦਾ, ਬਹੁਤ ਬੇਰਹਿਮੀ ਨਾਲ। ਜੋ ਥੋੜ੍ਹੇ ਟਾਈਮ ਬਾਅਦ ਉਹਦੇ 5 ਆ ਜਾਂਦੇ ਆ, ਉਹ ਤੋਂ ਬਾਅਦ ਦੇ 'ਚ ਆਪਣੇ ਖੰਭ ਨੂੰ ਨੋਚ ਲੈਂਦਾ। ਫਿਰ ਉਸ ਤੋਂ ਬਾਅਦ 'ਚ ਥੋੜ੍ਹੇ ਟਾਈਮ ਬਾਅਦ ਇਹਨੇ ਦਰਦਨਾਕ ਰਾਹ ਤੋਂ ਬਾਅਦ ਉਹ ਕਿਤੇ ਜਾ ਕੇ 70 ਸਾਲ ਤੱਕ ਜਾਂਦਾ ਵਾ, ਜਾਂ ਤਾਂ ਬੇਰਹਿਮੀ ਨਾਲ ਮਰ ਜਾਊ ਜਾਂ ਤਾਂ ਕੁਛ ਕਰ ਜਾਊ, ਤੁਹਾਡੇ 'ਤੇ ਆ। ਕੌਣ ਕੌਣ ਕਹਿੰਦਾ ਵਾ ਕਿ ਹਾਂ ਜਿਹੜਾ ਫੇਲੀਅਰ ਆ, ਫੇਲੀਅਰ ਇੱਕ ਪਾਰਟ ਆ ਲਾਈਫ ਦਾ, ਸਾਰੇ ਬੰਦੇ ਮੰਨਦੇ ਆ। ਫਸਟ ਅਟੈਂਪਟ ਇਨ ਲਰਨਿੰਗ। ਕਿ KFC ਦੀ ਫੁੱਲ ਫਾਰਮ ਕਿਹਨੂੰ ਕਿਹਨੂੰ ਪਤਾ ਵਾ? ਹਾਂਜੀ, ਕੈਂਟਕੀ ਫਰਾਈਡ ਚਿਕਨ। ਇਹ ਬੰਦੇ ਦੀ ਬਾਇਓਗ੍ਰਾਫੀ ਕਿਹਨੇ ਕਿਹਨੇ ਪੜ੍ਹੀ ਆ? That's great. ਕੈਂਟਕੀ ਫਰਾਈਡ ਚਿਕਨ ਮੇਰੀ ਫੇਵਰੇਟ ਮਿਲ ਹੈ, ਅਤੇ ਅੱਜ ਦੇ ਵੇਲੇ ਇਹ ਵਰਲਡ ਦੀ ਸਭ ਤੋਂ ਜ਼ਿਆਦਾ ਕੋਸਟਲੀ ਫਰੈਂਚਾਈਜ਼ ਆ। ਅਤੇ ਸਰਾਊਂਡਡ ਔਰਾ, ਸਰਾਊਂਡਡ ਔਰਾ, ਕੋਈ ਦੱਸ ਸਕਦਾ ਇਹ ਇਹਦਾ ਮਤਲਬ ਕੀ ਆ, ਕੀ ਲਿਖਿਆ ਕੀ ਹੈ ਇਹ? ਮੈਂ ਕੀ ਲਿਖਿਆ ਹੋਰ ਕੋਈ ਕੀ ਲਿਖਿਆ ਗਿਆ? ਸਾਰੇ ਜਣੇ ਬੋਲੋ ਉੱਚੀ ਦੇ ਨੇ। ਹੁਣ ਕੋਈ ਦੱਸ ਸਕਦਾ ਹੁਣ ਕੀ ਲਿਖਿਆ ਵਾ? ABC। ਕਿਵੇਂ ਦੇ ਬੰਦਿਆਂ 'ਚ ਰਹਿੰਦੇ ਹੋ ਇਹ ਤੁਹਾਨੂੰ ਅਗਲਾ ਅਤੇ ਪਿਛਲਾ ਬੰਦਾ ਦੱਸੂਗਾ। ਹੁਣ ਮੇਰੇ ਨਾਲ ਕੋਈ ਦੋ ਬੰਦੇ ਆ ਕੇ ਖੜ ਜਾਣ ਕਿ ਹਾਂ ਜਿਹੜੇ ਬਿਜ਼ਨਸਮੈਨ ਆ, ਇੱਕ ਪਾਸੇ ਇੱਧਰ ਖੜਾ, ਇੱਕ ਪਾਸੇ ਇੱਧਰ ਖੜਾ, ਮੈਨੂੰ ਵੀ ਬਿਜ਼ਨਸਮੈਨ ਨੂੰ ਕੀ ਕਹਿਣਗੇ ਜਿਹੜੇ ਮਤਲਬ ਬਹੁਤ ਜ਼ਿਆਦਾ ਪਾਪੂਲਰ ਹੋਣਗੇ, ਉਹ ਬੰਦੇ ਵੀ ਕਹਿਣਗੇ ਕਿ ਹਾਂ ਮਤਲਬ ਇਹ ਸੈਂਟਰ ਵਾਲਾ ਬੰਦਾ ਵੀ ਬਹੁਤ ਜ਼ਿਆਦਾ ਮਤਲਬ ਕਿ ਐਂਟਰਪ੍ਰਨੋਰ ਆ ਇਹਦਾ ਮਾਈਂਡ। ਅਤੇ ਹੁਣ ਦੂਜੀ ਗੱਲ, ਜੇ ਤੁਸੀਂ ਲੜਾਕੇ ਬੰਦੇ ਨਾਲ ਰਹਿੰਦੇ ਹੋ ਕਿ ਉਵੇਂ ਤੁਹਾਨੂੰ ਸਮਝਣ ਲੱਗ ਜਾਣਗੇ, ਹਾਲਾਂਕਿ ਤੁਸੀਂ ਸਾਊ ਬਹੁਤ ਹੋਵੋਗੇ। ਹੁਣ ਤੀਜੀ ਗੱਲ ਇੱਦਾਂ ਆ ਕਿ ਹੁਣ ਜੇ ਆਪਾਂ ਗੱਲ ਕਰਦੇ ਹਾਂ ਅਗਲੇ ਬੰਦਿਆਂ ਦੀ, ਉੱਧਰਲੇ ਪਾਸੇ ਸਭ ਇੱਧਰਲੇ ਪਾਸੇ ਸਭ, ਤੁਹਾਨੂੰ ਵੀ ਸਮ ਸਮਝਿਆ ਜਾਊਗਾ। ਤੁਸੀਂ ਆਪਣਾ ਲੈਵਲ ਆਪ ਡਿਸਾਈਡ ਕਰਨਾ ਕਿਹੜੇ ਬੰਦਿਆਂ ਨਾਲ ਰਹਿਣਾ ਵਾ, ਕਿਹੜੇ ਬੰਦਿਆਂ ਨਾਲ ਨਹੀਂ ਰਹਿਣਾ ਗਾ। ਮੈਂ ਹਰ ਇੱਕ ਤਰ੍ਹਾਂ ਦੇ ਬੰਦੇ ਨਾਲ ਰਹਿ ਕੇ ਦੇਖ ਲਿਆ। ਕਮਿਊਨੀਕੇਸ਼ਨ ਸਕਿੱਲਸ, ਦੋ ਬੱਚੇ ਆ ਰਹੇ ਕੋਈ ਵੀ, ਦੋ ਬੱਚੇ ਆ, ਤਾਂ ਇਸ ਉਹਨੇ ਆਪਸ ਦੇ ਵਿੱਚ ਕਮਿਊਨੀਕੇਟ ਕਰਨੀ ਹੈ ਕਿ ਜਿਵੇਂ ਹੁਣ ਤੁਸੀਂ ਨਿਊ ਨੇਬਰ ਆਏ ਹੋ, ਨਵੇਂ ਨੇਬਰ ਆਏ ਹੋ, ਅਤੇ ਤੁਸੀਂ ਮਤਲਬ ਪੁਰਾਣੇ ਇੱਥੇ ਰਹਿ ਰਹੇ ਹੋ, ਕਿ ਹਾਂ ਤੁਸੀਂ ਮਿਲਣਾ ਗਏ ਇਹਨਾਂ ਨੂੰ ਆਪਸ ਦੇ ਵਿੱਚ, ਕਿ ਕਿਵੇਂ ਮਿਲੋਗੇ ਤੁਸੀਂ, ਕਿ ਹਾਂ ਮਤਲਬ ਕਿ ਅਸੀਂ ਨੰਬਰ ਐਕਸਚੇਂਜ ਕਰਾਂਗੇ ਇੱਕ ਦੂਜੇ ਦੇ।
ਇਦਾਂ ਦੇ ਤੁਸੀਂ ਟਰਸਟ ਨਹੀਂ ਕਰਦੇ ਕਿਸੇ ਤੇ ਕਿ ਤੁਹਾਨੂੰ ਟਰਸਟ ਬਣਾਉਣਾ ਮੈਂ ਕਿ ਤੁਸੀਂ ਇੱਥੇ ਕਿਵੇਂ ਟਰਸਟ ਕਰਨਾ ਬਾਈ ਬੰਦੇ ਦੇ हंबल होके गल करो बट ओवर नहीं करना गा कि हाँ मेनू तेरे नाल वध पता गा जां मेनू तेरे नाल वध अकल हैगी आ कुछ नहीं इदा करना गा पर्सनैलिटी ड्रेसअप सेंस बहुत ज्यादा मैटर करता वा बट नॉट लीस्ट The true purpose of education is to make mind, not career. जे अगे मेरा सेशन लग्या ये टॉपिक थोनू स्टडी दे उत्ते जरूर कराऊंगा ठीक है फिलहाल आ जिहड़ियां चार थल्ले गल्लां लिखियां इन्हां इदां नाल ही आपां चलना काम बट अलर्ट रिलैक्स बट रेडी स्मूथ बट शार्प हंबल कॉन्फिडेंट इत्थे तुहाडा सेशन होगा यह चार गल्लां हमेशा तुसीं चेते रखणियां इन्हां दे नाल ही हमेशा चलना कोई आप माड़ा ना कहे कोई चंगा ना कहे कोई आप मतलब थले ना लावे कई उत्ते ना ले जाए थैंक यू मेरा सैशन मुक चुका वा तो कमेंट करके जरूर दस्यो अगर पसंद आया जी भी लाइन थोड़ा पसंद आई तो जोड़ा भी पार्ट थोड़ा पसंद आया एक निका जहा ब्लॉग से बाकी कोई गल नहीं हूँ आप मिलते एक नवे ब्लॉग के एक नवी शुरुआत दे चलो कोई गल नहीं लाइक कमेंट तो शेयर जरूर कर दो सबसक्राइब ना करना भूल्यो चलो ठीक है आप मिलते हैं ओके।